ਇਹ ਪਿੰਡ ਬੱਤੂਵਾਲ ਦੇ ਗੁਰਦੁਆਰਾ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਬੇਟੇ ਕਿਸਾਨ ਯੂਨੀਅਨ ਸਾਥੀ ਨੌਜਵਾਨ ਬੱਚੇ ਅਤੇ ਸਾਡੀਆਂ ਬਹੁਤ ਸਤਿਕਾਰਯੋਗ ਮਾਤਾ ਭੈਣਾਂ ਜੀ ਦੀਆਂ ਸਾਰੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ। ਦੇਖੋ ਮੇਰੇ ਵੀਰੋ, ਜੋ ਅੱਜ ਭਾਰਤੀ ਰਾਜ ਜਿਹੜਾ ਆਪਾਂ ਕਹਿਣ ਨੂੰ ਵੋਟ ਪ੍ਰਣਾਲੀ ਹੈ ਕਿ 25 ਸਾਲੀ ਵੋਟ ਪਾਉਣੇ, 3 ਸਾਲੀ, 24 ਸਾਲੀ, 25 ਸਾਲੀ, ਅਸਲ 'ਚ ਲੋਕਾਂ ਦਾ ਰਾਜ ਨਹੀਂ ਹੈ। ਆਉਦੀ ਦੀ ਕੋਈ ਫਾਰ ਦੀ ਕੋਈ ਬਾਈ ਦੀ ਕਹਿਣ ਨੂੰ ਪਰ ਲੋਕਾਂ ਦਾ ਨਹੀਂ। ਇਹ ਸਮਾਜ ਦਾ ਵੀ ਧਰਨਾ ਚਾਹੀਏ, ਡੰਡਾ ਤੰਤਰ ਆ, ਕਿਸੇ ਨੂੰ ਆਪਣੀ ਗੱਲ ਕਹਿਣ ਦਾ ਬੋਲਣ ਦਾ ਕੋਈ ਹੱਕ ਹੋ ਗਿਆ। ਉਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਪਿਛਲੇ ਸਮੇਂ 'ਚ ਰਾਜੇ ਮਹਾਰਾਜੇ ਦੇ ਰਾਜ ਹੁੰਦੇ ਸੀ, ਜਿਸ ਤਰ੍ਹਾਂ ਦਾ ਰਾਜ ਰੰਗਜੇਬ ਦਾ ਸੀ, ਜਹਾਂਗੀਰ ਦਾ ਸੀ, ਅਕਬਰ ਦਾ ਸੀ, ਸ਼ਾਹਜਹਾਨ ਦਾ ਸੀ, ਮੀਰ ਮਨੂ ਦਾ ਸੀ, ਜਕਰੀਆ ਖਾਨ ਦਾ ਸੀ, ਜੀਰ ਖਾਨ ਦਾ ਸੀ, ਅਮਿਤ ਸ਼ਾਹ ਅਬਦਾਲੀ ਦਾ ਸੀ, ਨਾਮਦਰ ਸ਼ਾਹ ਦਾ ਸੀ, ਪੁੱਤਰਾਂ ਦਾ ਰਾਜ ਹੈ ਜਿਸ ਤਰ੍ਹਾਂ ਦਾ ਅੰਗਰੇਜ਼ਾਂ ਦਾ ਸੀ, 200-250 ਸਾਲ ਜਿੰਨਾ ਬਸਤੀ ਬਣਾ ਕੇ ਰੱਖਿਆ ਤੁਹਾਨੂੰ, ਅੱਜ ਅਰਧ ਬਸਤੀ ਹੈ, ਅੱਜ ਹੁਣ ਕਾਲੇ ਅੰਗਰੇਜ਼ ਬੇਟੇ ਅਰਧ ਬਸਤੀ ਆਏ, ਜਾਂਦੀ ਜੁਗੀ ਕੋਈ ਨਹੀਂ ਹੈਗੀ, ਅੱਜ ਵੀ ਹੈ ਅਰਧ ਬਸਤੀ ਦਾ ਮਤਲਬ ਤੁਸੀਂ ਅੱਧੇ ਤੌਰ ਤੇ ਉਸੇ ਸਾਮਰਾਜ ਦੇ ਕੰਪਨੀਆਂ ਦੇ ਗੁਲਾਮ ਦੇ ਉਹਨਾਂ ਦੇ ਨੀਤੀਆਂ ਤੱਕ ਸੋਚੀਆਂ ਜਾ ਰਹੀਆਂ। ਅੱਜ ਤੱਕ ਜ਼ਮੀਨਾਂ ਖੋ ਕੇ ਵੱਡੀਆਂ ਕੰਪਨੀਆਂ ਨੂੰ ਦੇਣ ਵਾਸਤੇ ਨੀਤੀਆਂ ਪਿੱਛੋਂ ਪੜ ਗਈਆਂ ਹੋਈਆਂ, ਦੇਸ਼ ਦੇ ਹਾਕਮ ਉਹਨਾਂ ਵਾਲੀ ਨੱਕ ਨਮਸਤ ਹੋ ਕੇ ਹੱਥ ਬੰਨ ਕੇ ਖੜੇ, ਹੱਥ ਬੰਨ ਕੇ ਖੜੇ ਆ। ਜਿੰਨੀਆਂ ਵੀ ਸਰਕਾਰਾਂ ਬਣੀਆਂ, 10 ਸਾਲ ਮੋਦੀ ਹੋ ਗਿਆ, ਉਹ ਤੋਂ ਪਹਿਲਾਂ 10 ਸਾਲ ਮਨਮੋਹਨ ਸਿੰਘ ਰਿਹਾ, ਉਹ ਤੋਂ ਪਹਿਲਾਂ ਜਿਹੜੇ ਹੋ ਰਹੇ ਆ ਸਾਰੇ ਹੀ ਕਾਰਪੋਰੇਟ ਦੇ ਸੇਵਾਦਾਰ ਆ, ਕਾਰਪੋਰੇਟ ਦੇ ਸਾਮਰਾਜ ਦੇ ਸੇਵਾਦਾਰ ਆ। ਵੋਟਾਂ ਦੀ ਮੋਹਰ ਲੱਗਦੀ ਤੁਹਾਡੀ 25 ਸਾਲ ਦੀ ਸੇਵਾ ਉਹਨਾਂ ਦੀ ਕਰਦੇ ਆ, ਉਹਨਾਂ ਦੇ ਫੰਡਾਂ ਨਾਲ ਚੋਣਾਂ ਲੜਦੇ ਆ। ਤੇ ਰਾਜ ਟਿਕਿਆ ਕਰਦੇ ਆ ਜਿਸ ਤਰ੍ਹਾਂ ਪਿਛਲੇ ਰਾਜੇ ਮਹਾਰਾਜੇ ਦੇ ਰਾਜ ਜੁਰਮ ਤੇ ਜਬਰ ਤੇ ਟਿਕੇ ਹੋਏ ਸੀ, ਭ੍ਰਿਸ਼ਟਾਚਾਰ ਤੇ ਟਿਕੇ ਹੋਏ ਸੀ, ਉਸੇ ਤਰ੍ਹਾਂ ਇਹ ਵੀ ਭ੍ਰਿਸ਼ਟਾਚਾਰ ਤੇ ਜੁਰਮ ਤੇ ਜਬਰ ਤੇ ਟਿਕਿਆ ਹੋਇਆ। ਉਹਨਾਂ ਦਾ ਮਤਲਬ ਕੀ ਆ, ਕਿਸੇ ਨੂੰ ਵੋਟ ਦੀ ਜਾਂਦੀ ਨਹੀਂ, ਕਿਸੇ ਨੂੰ ਖੂਨ ਦੀ ਜਾਂਦੀ ਨਹੀਂ, ਕੋਈ ਜਿਹੜੀ ਮਰਜ਼ੀ ਨੀਤੀ ਲਾਗੂ ਕਰੀਏ, ਕੋਈ ਵਿਰੋਧ ਨਾ ਕਰੇ ਹਿੰਦੁਸਤਾਨ 'ਚ, ਇਹ ਉਹਨਾਂ ਦਾ ਮੇਰੇ ਜੋ ਮਕਸਦ ਆ, ਉਹਦਾ ਮਕਸਦ ਆ ਡੰਡਾ ਤੰਤਰ ਆ। ਉਹ ਡੰਡੇ ਤੰਤਰ ਦੇ ਖਿਲਾਫ ਲੜ ਰਹੇ ਆ 5 ਮਹੀਨਿਆਂ ਤੋਂ, ਕੌਣ ਕੀ ਕਰਕੇ ਉੱਥੇ ਬੈਠੇ ਹੋਏ ਆ, ਕੌਣ ਕੀ ਕਰਕੇ ਬੈਠੇ ਹੋਏ ਆ, ਲੰਮੀ ਲੜਾਈ ਵਾਸਤੇ ਤਿਆਰ ਆ, ਨਮਕ ਵਿੱਚ ਯੁੱਧ ਵਾਸਤੇ ਤਿਆਰ ਹੈ, ਫੈਸਲੇ ਕੀਤੇ ਹੋਏ ਨਮਕ ਵਿੱਚ ਯੁੱਧ ਲੜਨਾ ਵਾ ਤੇ ਜਿੱਤਣਾ ਵਾ। ਇਸ ਰਾਜ ਬਾਰੇ ਤੇ ਉਹਦੇ ਰਾਜ ਬਾਰੇ ਸੁਰਜੀਤ ਪਾਤਰ ਦੀਆਂ 2 ਲੈਣਾ ਵਾ, ਇਹੋ ਜਿਹੇ ਰਾਜ ਬਾਰੇ ਜਿਹੋ ਜਿਹਾ ਰਾਜ ਆ ਉਹ ਤਾਂ ਕੀ ਕਹਿੰਦਾ, ਉਹ ਕਹਿੰਦਾ ਵਾ
ਤੇਰੀ ਛਾਤੀ ਉੱਤੇ ਖੰਜਰ ਜਾਂ ਤਗਮਾ ਤਗਮਾ ਧਰ ਦਿਆਂਗੇ, ਤੇਰੀ ਛਾਤੀ ਉੱਤੇ ਤਗਮਾ ਜਾਂ ਖੰਜਰ ਧਰ ਦਿਆਂਗੇ। ਤੂੰ ਜੀਣ ਜੋਗਾ ਤੇ ਹੋ, ਤੇਰੀ ਰੱਖਿਆ ਕਰ ਦਿਆਂਗੇ। ਕਿਹਾ ਰਾਜਾ ਮੇਰੇ ਜੀਓ ਜਗਤ ਜੀ ਮੈਂ ਕਰਤਾ।